पंजाब दियां सड़कां लहू रंगी सड़कां बन दियां जा रही ने। उथे देर शाम गढ़शंकर नेड़े चंडीगढ़ सड़क ते पंजाब रोडवेज हुशियारपुर डिपो की बस ते एक मोटरसाइकिल दरमियान हुई टक्कर च मोटरसाइकिल सवार पिंड चक गुरु दे दोवें नौजवानों की दर्दनाक मौत हो जाने की खबर सामने आई। पिंड चक गुरु दे निवासी लखवीर सिंह लखा ते जगदीप सिंह दीपा मोटरसाइकिल ते सवार होके गढ़शंकर तो पिंड नूं जा रहे सन। पिंड पनाम दे पेट्रोल पंप नेड़े इन्हां दे मोटरसाइकिल दी टक्कर सामने तो आ रही पंजाब रोडवेज दी बस नाल हो गई। हादसे च दोवें नौजवानों दे मारे जाण कारण इलाके विच सोग दी लहर दौड़ गई। वाहनां नूं कब्जे विच लै के पुलिस वल्लों जांच कीती जा रही है। ਸਾਡੇ ਕੋਲ 108 ਐਂਬੂਲੈਂਸ ਆਈ ਪਹਿਲਾਂ ਤਾਂ ਐਕਸੀਡੈਂਟ ਹੋਇਆ ਸੀਗਾ ਕਹਿੰਦਾ ਚੱਕ ਫੁੱਲ ਦੇ ਨੇੜੇ ਹੋਇਆ ਐਕਸੀਡੈਂਟ ਅਤੇ ਬੋਡੀ ਦਾ ਨਾਮ ਜਗਦੀਪ ਸਿੰਘ ਦੱਸਿਆ ਜਾ ਰਿਹਾ ਸੀ ਅਤੇ ਉਸ ਤੋਂ ਬਾਅਦ ਨਾਲ ਦੱਸਿਆ ਗਿਆ ਕਿ ਸਾਡੇ ਇੱਕ ਕਰਮਚਾਰੀ ਹਸਪਤਾਲ ਦਾ ਕਰਮਚਾਰੀ ਵੀ ਸੀਗਾ ਨਾਲ ਉਸੀ ਦੇ ਨਾਲ ਸੀਗਾ ਅਤੇ ਦੋਨਾਂ ਦੀ ਹੀ ਦੱਸਿਆ ਜਿਸ ਹਿਸਾਬ ਨਾਲ ਪਤਾ ਲੱਗਿਆ ਸਾਨੂੰ ਕਿ ਦੋਨਾਂ ਦੀ ਹੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ ਠੀਕ ਹੈ ਅਤੇ ਜਿਹੜਾ ਸਾਡਾ ਕਰਮਚਾਰੀ ਸੀਗਾ ਹਸਪਤਾਲ ਦਾ ਉਹਨੂੰ ਉਹ ਬਾਅਦ ਵਿੱਚ ਲੈ ਕੇ ਆਇਆ ਪ੍ਰਾਈਵੇਟ ਵਿੱਚ ਕਾਰ ਵਿੱਚ ਅਤੇ ਆਪਾਂ ਦੋਨਾਂ ਦੀ ਬੋਡੀ ਨੂੰ ਪਿੱਛੇ ਰਖਵਾ ਰਹੇ ਹਾਂ ਆਪਾਂ ਮੋਰਚਰੀ ਵਿੱਚ ਬਸ ਇਹੀ ਕਹਾਣੀ ਹੈ ਬਾਕੀ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ ਸੀ ਅਤੇ ਪੁਲਿਸ ਆ ਕੇ ਬਾਕੀ ਆਪਣੀ ਕਾਰਵਾਈ ਕਰ ਰਹੀ ਹੈ। ਸਰ ਇਸੇ ਮੌਕੇ 'ਤੇ ਮੈਨੂੰ ਸੀਗੇ ਸਾਨੂੰ ਇੱਕ ਇੰਟੀਮੇਸ਼ਨ ਆਈ ਸੀ ਐਕਸੀਡੈਂਟ ਦੇ ਰਿਗਾਰਡਿੰਗ ਕਿ ਪਨਾਮ ਮੇਨ ਰੋਡ 'ਤੇ ਇੱਕ ਐਕਸੀਡੈਂਟ ਹੋਇਆ ਆ। ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਪੰਜਾਬ ਰੋਡਵੇਜ਼ ਦੀ ਬੱਸ ਦੇ ਨਾਲ ਮੋਟਰਸਾਈਕਲ 'ਤੇ ਦੋਨੋਂ ਨੌਜਵਾਨ ਸਵਾਰ ਸੀ ਉਹਨਾਂ ਦਾ ਐਕਸੀਡੈਂਟ ਹੋਇਆ ਹੋਇਆ ਸੀ। ਇੱਕ ਦੀ ਡੈਥ ਮੌਕੇ 'ਤੇ ਹੋ ਗਈ ਸੀ ਦੂਜੇ ਨੂੰ ਆਪਾਂ ਐਂਬੂਲੈਂਸ ਦੇ ਰਸਤੇ ਹੋਸਪਿਟਲ ਭੇਜਿਆ ਸੀ ਜਿੱਥੇ ਆ ਕੇ ਪਤਾ ਲੱਗਿਆ ਕਿ ਉਹਦੀ ਵੀ ਡੈਥ ਹੋ ਗਈ ਆ। ਬਾਕੀ ਅਗਲੀ ਕਾਰ ਪੇਸ਼ ਕਰ ਰਹੇ ਹਾਂ। ਮੈਡਮ ਬੱਸ ਡਰਾਈਵਰ ਦਾ ਪਤਾ ਲੱਗਾ ਕੋਈ? ਬੱਸ ਡਰਾਈਵਰ ਮੌਕੇ ਤੋਂ ਫਰਾਰ ਹੈ। ਅੱਛਾ ਜੀ ਬੱਸ ਬੱਸ ਸਾਡੇ ਕਬਜ਼ੇ ਦੇ ਵਿੱਚ। ਸਾਂਝ ਟੀਵੀ ਲਈ ਰਵੀ ਗਿੱਲ ਦੀ ਰਿਪੋਰਟ। ਮਰਦਾਨਾ ਕਮਜ਼ੋਰੀ ਦੂਰ ਕਰਨ ਦੇ ਮਾਹਿਰ ਤਾਕਤ ਜੋਸ਼ ਅਤੇ ਜਵਾਨੀ ਦੀ ਆਖਰੀ ਉਮੀਦ ਕਦੋਂ ਤੱਕ ਗੁਪਤ ਰੋਗਾਂ ਨੂੰ ਬਚਾਉਂਦੇ ਰਹੋਗੇ? ਅਨੇਕ ਡਾਕਟਰਾਂ ਹਕੀਮਾਂ ਤੋਂ ਪੁੜੀਆਂ ਖਾ ਕੇ ਤੰਗ ਆ ਚੁੱਕੇ ਹੋ, ਨਿਰਾਸ਼ ਹੋ ਚੁੱਕੇ ਹੋ, ਪਰੇਸ਼ਾਨ ਰੋਗੀ ਅੱਜ ਹੀ ਸੰਪਰਕ ਕਰਨ। ਉਮਰ ਹੋਵੇ 25 ਜਾਂ 80, ਹੁਣ ਹੋਵੇਗਾ ਪੱਕਾ ਇਲਾਜ। ਦਰ ਦਰ ਨਾ ਭਟਕੋ। ਕਾਂਤ, ਸ਼ਿਗਰ ਪਤਨ, ਘੱਟ ਸ਼ਕਰਾਣੂ, ਸੁਪਨ ਦੋਸ਼, ਨਾਮਰਦੀ, ਮਰਦਾਨਾ ਕਮਜ਼ੋਰੀ ਇੱਕ ਵਾਰ ਜ਼ਰੂਰ ਅਜ਼ਮਾਓ। ਮੈਂ ਵਾਅਦਾ ਕਰਦਾ ਹਾਂ ਤੁਸੀਂ ਨਿਰਾਸ਼ ਨਹੀਂ ਹੋਵੋਗੇ। ਵਰਮਾ ਦਵਾਖਾਨਾ, ਨੀਅਰ ਨਾਈਆਂ ਵਾਲਾ ਚੌਂਕ, ਫਗਵਾੜਾ। ਮੋਬਾਈਲ ਨੰਬਰ 9850 6476, 98144 98174।